ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ। ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਵੀਰਾਂ ਨੂੰ ਜਿਵੇਂ ਪਤਾ ਹੈ, ਵੀਰਾਂ ਵਾਸਤੇ ਨੀਲੀ ਤੇ ਬਿਹਤਰੀਨ ਔਰ ਅਨਮੋਲ ਤੋਹਫੇ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਬਣਾਉਂਦੇ ਹੈ। ਅੱਜ ਵੀ ਵੀਰਾਂ ਵਾਸਤੇ ਬਿਹਤਰੀਨ ਔਰ ਨਾਇਆਬ ਇੱਕ ਨੀਲੀ ਦਾ ਹੀਰਾ ਲੈ ਕੇ ਹਾਜ਼ਰ ਹੋਏ ਹਾਂ ਮਾਈ ਦੀ ਵੀਡੀਓ ਵੀਰਾਂ ਦੇ ਅੱਗੇ ਸਾਹਮਣੇ। ਔਰ ਜਨਾਬ, ਵੀਰ ਮੱਝ ਨੂੰ ਪਹਿਚਾਣਦੇ ਵੀ ਨੇ, ਸਮਝਦੇ ਵੀ ਨੇ, ਵੇਖਦੇ ਵੀ ਨੇ, ਲੇਕਿਨ ਗੱਲਾਂ ਉਹ ਸੱਚੀਆਂ ਤੇ ਪੱਕੀਆਂ ਆਪਣਾ ਦੇਸ਼ ਪੰਜਾਬ ਟੀਵੀ ਨੇ ਹਮੇਸ਼ਾ ਵੀਰਾਂ ਦੇ ਨਾਲ ਕੀਤੀਆਂ ਨੇ ਔਰ ਅੱਜ ਵੀ ਇਨਸ਼ਾਅੱਲਾ ਵਫਾ ਕਰਾਂਗੇ ਵੀਰਾਂ ਦੇ ਨਾਲ ਔਰ ਵੀਰਾਂ ਨੂੰ ਵਫਾ ਵਾਲਾ ਪੈਕੇਜ ਵਿਖਾਵਾਂਗੇ। ਮੱਝ ਦੀ ਕੁਆਲਿਟੀ, ਮੱਝ ਦੀ ਕਲਾਸ ਔਰ ਮੱਝ ਦੀ ਅਡਰ ਕੁਆਲਿਟੀ ਵੀਰਾਂ ਦੇ ਸਾਹਮਣੇ ਰੁਕ ਰੁਕ ਦੇ ਲੱਗਿਆ ਖੂਬਸੂਰਤ ਥਣ ਪੰਡਾਂ ਦੇ ਮੈਂ ਇਹਨੂੰ ਆਵਾਨੇ ਔਰ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ ਦੇ ਕਮੈਂਟ ਆਉਣੇ ਚਾਹੀਦੇ ਨੇ। ਲੜੇ ਜਿਹੜੇ ਮੁਕੱਦਰ ਨੇ, ਮੈਂ ਇਹਨੂੰ ਹੱਡੀ ਇੱਕ ਔਰ ਮੈਂ ਅੱਲਾ ਦੇ ਫਜ਼ਲ ਕਰਮ ਨਾਲ ਵੀਰਾਂ ਦੇ ਸਾਹਮਣੇ ਕਮਾਲ ਦਾ ਪੀਸ, ਅੰਟੀਕ ਪੀਸ ਲੈ ਕੇ ਹਾਜ਼ਰ ਹੋਏ ਹਾਂ ਔਰ ਮਾਸ਼ਾਅੱਲਾ ਅੱਜ ਤਰੀਫਾਂ ਦੀ ਲੋੜ ਨਹੀਂ। ਨਿਸ਼ਾਨ ਦਾਗ ਪੁਰਾਣੇ ਲੱਗੇ, ਅੱਜ ਤਰੀਫਾਂ ਦੀ ਲੋੜ ਨਹੀਂ। ਵੀਰਾਂ ਫੈਸਲਾ ਕਰਨਗੇ ਕਿ ਮੱਝ ਕਿੰਨੀ ਅੰਟੀਕ ਏ, ਕਿੰਨੀ ਅੱਛੀ ਏ, ਕੀ ਮੈਂ ਦੇ ਗੱਲਾਂ ਨੇ, ਕੀ ਮੈਂ ਦੀਆਂ ਬਰੀਕੀਆਂ ਨੇ, ਕੀ ਮੈਂ ਦੀ ਨਸਲ ਏ, ਕੀ ਮੈਂ ਦੀ ਜ਼ਾਤ ਏ, ਇਹ ਵੀਰ ਆਪ ਫੈਸਲਾ ਕਰਨਗੇ। ਮੱਝ ਹਰ ਪਾਸੋਂ ਅੱਲਾ ਦੇ ਫਜ਼ਲ ਕਰਮ ਨਾਲ ਜ਼ਮਾਨੇ ਵਿੱਚ ਇਹ ਜੀਆਂ ਮਈ ਨਹੀਂ ਜੰਮਦੀਆਂ, ਮੈਂ ਦੀਆਂ ਹੱਡੀਆਂ ਟਾਕਾਂ ਵੀਰਾਂ ਨੇ ਆਪ ਵੇਖਣੀਆਂ ਨੇ। ਰੁਕ ਰੁਕ ਦਾ ਖੂਬਸੂਰਤ ਥਣ ਪੁੱਠਾ ਖੁੱਡਾ ਥਣਾਂ ਦੀ ਵੰਡ ਔਰ ਮੈਂ ਪਸਮਾਕ ਕਰਕੇ ਵੀ ਮੈਂ ਅੱਲਾ ਦੇ ਫਜ਼ਲ ਕਰਮ ਨਾਲ ਥਾਣੇ ਇੱਥੇ ਰੱਖਦੀ ਏ। ਇਹ ਕੁਆਲਿਟੀ ਹੈ ਨੀਲੀ ਦੀ, ਖੋਖਰ ਬਲੱਡ ਲਾਈਨ ਏ ਔਰ ਅੱਲਾ ਦੇ ਫਜ਼ਲ ਕਰਮ ਨਾਲ ਖੋਖਰਾਂ ਦੀ ਘਰ ਦੀ ਬਿਹਤਰੀਨ ਔਰ ਨਯਾਬ ਮੱਝ ਵੀਰਾਂ ਦੀ ਨਜ਼ਰ ਏ ਔਰ ਇਨਸ਼ਾਅੱਲਾ ਅੱਜ ਵੀਰਾਂ ਵਾਸਤੇ ਤੋਹਫਿਆਂ ਦੀ ਕੁਲੈਕਸ਼ਨ ਏ। ਗੱਲਾਂ ਨਹੀਂ, ਕੰਮ ਨੇ ਔਰ ਕੰਮ ਤੁਹਾਡਾ ਵੀਰ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਪੂਰੀ ਕੁਆਲਿਟੀ ਦੇ ਨਾਲ ਔਰ ਪੂਰੀ ਮੁਹੱਬਤ ਦੇ ਨਾਲ ਵੀਰਾਂ ਵਾਸਤੇ ਲੈ ਕੇ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹੁੰਦਾ। ਅੱਜ ਦੀ ਵੀਡੀਓ ਇੰਤਹਾਈ ਖੂਬਸੂਰਤ ਔਰ ਬਿਹਤਰੀਨ ਜਾਨਵਰ ਦੀ ਇਨਸ਼ਾਅੱਲਾ ਵੀਰਾਂ ਵਾਸਤੇ ਤੋਹਫੇ ਔਰ ਜਨਾਬ ਖੋਖਰ ਬਲੱਡ ਲਾਈਨ ਦੇ ਵਿੱਚੋਂ ਪਿਓਰ ਨੀਲੀ ਦੀ ਮੱਝ। ਇਸ ਮੱਝ ਦੇ ਵਿੱਚੋਂ ਕੋਈ ਵੀਰ ਭਰਾ, ਕੋਈ ਕਾਰੀਗਰ, ਕੋਈ ਡਾਕਟਰ ਔਰ ਕੋਈ ਨੀਲੀ ਦਾ ਚਾਹਣ ਵਾਲਾ ਇਹ ਆਖੇ ਕਿ ਯਾਰ ਨਦੀਮ ਭਾਈ ਮੱਝ ਨੀਲੀ ਦੀ ਨਹੀਂ, ਅਸੀਂ ਤਾਬੇਦਾਰ ਹੈ, ਬੰਦਾ ਮੈਨੂੰ ਮਿਲੇ, ਨੰਬਰ ਸਕਰੀਨ 'ਤੇ ਚੱਲਦਾ ਪਿਆ, ਉਹਨੂੰ ਬੜੇ ਪਿਆਰ ਔਰ ਮੁਹੱਬਤ ਅਦਬ ਦੇ ਨਾਲ ਜਨਾਬ ਉਹਨੂੰ ਤੁਰਾ ਬੰਨਾਂਗਾ ਜਨਾਬ, ਜਿੰਨੀ ਜੋਗੀ ਮੇਰੀ ਔਕਾਤ ਹੈ ਔਰ ਜਿੰਨੀ ਜੋਗਾ ਮੈਂ ਹਾਂ, ਉਹਨੂੰ ਤੁਰਾ ਬੰਨਾਂ ਕਿ ਯਾਰ ਮੈਂ ਇਹਨੂੰ ਇੱਥੋਂ ਨੀਲੀ ਤੋਂ ਕੱਢ ਦੇ। ਮੱਥੇ ਦੇ ਵਿੱਚ ਜਨਾਬ ਫੁੱਲੀ ਏ, ਅੱਖਾਂ ਦੋਵੇਂ ਸਾਹਮਣੇ ਜਵਾਬ ਨੇ ਔਰ ਸਿਰ ਮੈਂ ਕਤਰੀ ਕਤਰੀ ਐਂ ਗੋਲ ਕਰਕੇ ਰੱਖਿਆ, ਮਗਰ ਕੱਟਾ ਸੂੰ ਔਰ ਮੈਂ ਤਕਰੀਬਨ ਕੋਈ 15 ਦਿਨਾਂ ਦੀ 16 ਦਿਨਾਂ ਦੀ ਸੂਈ ਹੋਈ ਜੀ, 15 ਤੋਂ 16 ਦਿਨਾਂ ਦੀ ਮੈਂ ਸੂਈ ਏ ਮੈਡਮ ਬੋਲਾ ਮੈਲਾ ਮੈਂ ਇਹਨੇ ਸਿੱਟ ਦਿੱਤਾ। ਐਵੇਂ ਗੱਲਾਂ ਕਰੀਏ ਵੀਹਾਂ ਦੀਆਂ ਜੋ ਅਸੀਂ ਐਵੇਂ ਆਖੀ ਜਾਈਏ ਕਿ ਜਨਾਬ ਮੈਂ ਇਹਨੇ ਮੈਲਾ ਨਹੀਂ ਸੱਟਿਆ ਜਾਂ ਕੋਈ ਗੱਲ ਹੈ ਮੈਲਾ ਮੈਂ ਇਹਨੇ ਸੱਟ ਦਿੱਤਾ ਹੈ। ਦੁੱਧ ਦੀ ਜਿਹੜੀ ਗੱਲ ਹੈ ਇਸ ਟਾਈਮ ਮੈਂ ਇਹਦੇ ਕੋਲ ਅੱਲਾ ਦੇ ਫਜ਼ਲ ਕਰਨ ਨਾਲ ਅੱਲਾ ਪਾਕ ਦੀ ਹਯਾਤੀ ਕਰੇ, ਤਕਰੀਬਨ ਇਹ ਮੈਂ 20-22 ਸੇਰ ਵਾਲੇ ਪਾਸਾ ਜਨਾਬ ਆਰਾਮ ਨਾਲ ਕਰੇਗੀ ਕਿਉਂਕਿ ਮਾਲ ਮੂਲ ਹੁਣ ਚੱਕਣ ਲੱਗੀ ਹੈ, ਖਾਲ ਖੁਲ ਹੁਣ ਚੱਕਣ ਲੱਗੀ ਹੈ ਮੱਝ, ਅਤੇ ਇਸ ਟਾਈਮ ਮੱਝ ਕੋਲ ਇਨਸ਼ਾਅੱਲਾ 16-17 ਕਿਲੋ ਆਰਾਮ ਨਾਲ ਦੁੱਧ ਦੇ ਦੋਵਾਂ ਟਾਈਮਾਂ ਦਾ। ਜਿਹੜਾ ਵੀਰ ਆਵੇ ਦੋ ਟਾਈਮ ਚੁਆਈ ਕਰਕੇ ਲੈ ਜਾਵੇ, ਸਾਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ। 16-17 ਲੀਟਰ ਦੁੱਧ ਸਾਰੇ ਦੀ ਗਰੰਟੀ ਹੈ ਬੱਚੇ ਨੂੰ ਡੋਕਾ ਡੋਕਾ ਛੱਡ ਕੇ, ਠੀਕ ਹੈ, 4-4 ਦਾਰਾਂ 3-3 ਦਾਰਾਂ ਸਾਰੇ ਥਣਾਂ ਛੱਡ ਕੇ ਬਾਕੀ ਸਾਰੇ ਦੁੱਧ ਦੀ ਗਰੰਟੀ ਹੈ 16-17 ਕਿਲੋ ਦੀ। ਮੈਂ ਇਹਦੀ ਕੁਆਲਿਟੀ ਅਤੇ ਮੈਂ ਇਹਦੇ ਖਾਨਦਾਨ ਨੂੰ ਨਜ਼ਰ ਮਾਰਨੀ ਹੈ ਕਿ ਯਾਰ ਮੈਂ ਸਾਡੀ ਕਿਹੜੇ ਪਾਰ ਦੀ ਹੈ, ਆਰ ਦੀ ਹੈ ਜਾਂ ਪਾਰ ਦੀ ਹੈ, ਇਹ ਆਪ ਫੈਸਲੇ ਕਰੇਗੀ, ਮੈਂ ਮੈਨੂੰ ਅੱਜ ਦੱਸਣ ਦੀ ਲੋੜ ਨਹੀਂ।
ਬਾਕੀ ਇਹ ਮੱਝ ਬੜੀ ਅੰਤੀਕ ਰਹੀ ਹੈ, ਇਹ ਮੱਝ ਬੜਾ ਖੂਬਸੂਰਤ ਦਾਣਾ ਰਿਹਾ, ਇਹ ਮੱਝ ਬੜੀ ਇੰਤਹਾਈ ਕਮਾਲ ਦਾ ਜਾਨਵਰ ਰਿਹਾ, ਅੱਲਾ ਦੇ ਫਜ਼ਲ ਕਰਾਉਣਾ ਮਗਰ ਕੱਟਾ ਸੂੰ, ਔਰ ਇਨਸ਼ਾਲਾ ਇਹ ਜਮੀ ਆਮ ਹੀ ਜੰਮਦੀਆਂ, ਇਹ ਪੁੱਤਰ ਨੇ ਤੇ ਪੁੱਤਰਾਂ ਦੀ ਕੀਮਤ ਪਿਓ ਜਾਣਦੇ ਨੇ, ਮਾਵਾਂ ਜਾਣਦੀਆਂ ਨੇ, ਹਰ ਬੰਦਾ ਨਹੀਂ ਜਾਣਦਾ। ਬਾਕੀ ਸਾਰੀਆਂ ਗੱਲਾਂ ਹੋ ਗਈਆਂ, ਮੈਂ ਇਹਨੂੰ ਜ਼ਰਾ ਟੋਰ ਕੇ ਵਿਖਾਈਏ ਜੀ, ਤਸੱਲੀ ਕਰਾਓ, ਅਤੇ ਉਸ ਤੋਂ ਬਾਅਦ ਜਨਾਬ ਮਾਲਕ ਨਾਲ ਰੇਟ ਦੀ ਗੱਲ ਕਰੀਏ, ਔਰ ਜਨਾਬ ਉਹੀ ਰੇਟ ਪੁਰਾਣਾ ਰੱਖਦਾ ਹੈ ਜਾਂ ਨਵਾਂ ਕਰਦਾ ਹੈ, ਇਹ ਮਾਲਕ ਦੀ ਗੱਲ ਹੈ, ਮਾਲਕ ਦੀ ਵੰਡ ਹੈ, ਮਾਲਕ ਦੀ ਸ਼ੈ ਹੈ। ਔਰ ਇਨਸ਼ਾਲਾ ਅੱਜ ਇਨਸ਼ਾਲਾ ਫਿਰ ਉਮੀਦ ਹੈ ਅੱਲਾ ਨਾਲ ਕਿ ਇਨਸ਼ਾਲਾ ਅੱਛੇ ਮਾਮਲਾਤ ਹੋਣਗੇ। ਮੈਂ ਇਹਨੂੰ ਪਰਖਣਾ ਜੀ, ਸ਼ਿਕਾਰੀਆਂ ਨੇ, ਹੁਸਨ ਵਾਲਿਆਂ ਨੇ, ਪਿਆਰ ਵਾਲਿਆਂ ਨੇ, ਮੈਂ ਇਹਨੂੰ ਪਰਖਣਾ ਹੈ ਕਿ ਮੈਂ ਇਹਦੀ ਕੀ ਪਰਖ ਹੈ, ਮੈਂ ਇਹਦੀ ਕੀ ਕੁਆਲਿਟੀ ਹੈ, ਮੈਂ ਇਹਦੀ ਕੀ ਜ਼ਾਤ ਹੈ, ਔਰ ਕੀ ਮੈਂ ਇਹਦੀ ਖਾਨਦਾਨੀਅਤ ਹੈ। ਇਹ ਸਾਰਾ ਕੁਛ ਵੀਰਾਂ ਦੇ ਸਾਹਮਣੇ ਅੱਲਾ ਦੇ ਫਜ਼ਲ ਕਰਨ ਨਾਲ ਆਪਣਾ ਦੇਸ਼ ਪੰਜਾਬ ਟੀਵੀ ਪੂਰੇ ਇਨਸ਼ਾਲਾ ਵਸੂਕ ਦੇ ਨਾਲ ਵੀਰਾਂ ਨੂੰ ਵਿਖਾਉਂਦਾ ਹੈ, ਔਰ ਇਨਸ਼ਾਲਾ ਅੱਜ ਜਿਹੜਾ ਹੈ ਵੀਰਾਂ ਵਾਸਤੇ ਤੋਹਫੇ ਲੈ ਕੇ ਅਸੀਂ ਹਾਜ਼ਰ ਹੋ ਰਹੇ ਹਾਂ, ਔਰ ਇਨਸ਼ਾਲਾ ਇੰਤਹਾਈ ਖੂਬਸੂਰਤ ਜਾਨਵਰ ਹੈ, ਲੜੇ ਜਾਣੇ ਮੁਕਾਬਲੇ ਕਟਾਓ ਫੌਜ ਵਿੱਚ। ਆਓ ਹਾਂ ਚਾਚਾ ਜੀ, ਛੱਡ ਦਿਓ ਮੈਂ ਇਹਨੂੰ, ਤੁਸੀਂ ਸਾਡੇ ਕੋਲ ਆਓ, ਇੱਥੇ ਛਾਂ ਤੇ ਮਿਲ ਮਾਈਆ। ਤੁਹਾਡੇ ਕੋਲ ਚੱਲੇ, ਤੁਹਾਨੂੰ ਨਿਕਲੂ ਹੈ, ਦੰਦ ਵੀ ਨਵਾਂ ਲਵਾ ਲਿਆ, ਵਾਲ ਵੀ ਕਾਲੇ, ਚਾਚਾ ਯਾਰ ਹੀ ਨਾ ਕਰ। ਅੱਛਾ ਚਾਚਾ ਮੈਂ ਸੁਣਾ, ਮੈਂ ਠੀਕ ਹੈ, ਕੋਈ ਮਸਲਾ ਕਿਸੇ ਕਿਸਮ ਦਾ, ਅੱਲਾ ਦਾ ਫਜ਼ਲ, ਅੱਲਾ ਦੀ ਰਹਿਮਤ। ਦੁੱਧ ਕਿੰਨਾ ਦਵਾਂ? ਦੁੱਧ ਮੈਂ ਕੋਲੇ ਜਿਹੜਾ ਹੈ ਨਾ ਇਸ ਟਾਈਮ 16 ਕਿਲੋ ਖਰਦੇ ਨੇ। ਹਾਂ ਲੱਭ ਵੱਧਦੀ ਘਟਦੀ? ਅੱਲਾ ਦੀ ਮਿਹਰਬਾਨੀ ਨਾਲ ਵੱਧਦੀ ਘਟਦੀ। ਅੱਛਾ ਜੀ, ਮੇਰਾ ਸੱਟ ਲਿਆ, ਮੇਰਾ ਸੱਲੀ ਹੋ ਗਈ, ਮੈਂ ਸਾਫ ਹੋ ਗਿਆ, ਕੋਕਿਆਂ ਦੇ ਘਰ ਦੀ ਨੀਲੀ ਦੀ ਮੈਂ ਪੱਕੀ, ਕਿਸੇ ਵੇਖੀਏ ਸਾਰਿਆਂ ਨੇ, ਮੈਂ ਹੁਣ ਬਾਰ ਬਾਰ ਤਰੀਫਾਂ ਕੀਤੀ, ਸਾਰਿਆਂ ਨੂੰ ਪਤਾ ਹੈ, ਉਹ ਤੁਹਾਨੂੰ ਪਤਾ ਹੈ ਜਾਂ ਮੈਨੂੰ ਪਤਾ ਹੈ ਕਿ ਮੈਂ ਕੋਈ ਵਜ੍ਹਾ ਬਣੀ ਤੇ ਜਿਹੜਾ ਹੈ ਨਾ ਉਹ ਮੈਂ ਰੋਕ ਗਈ। ਬਿਲਕੁਲ ਜੀ। ਅੱਛਾ ਤੇ ਬਾਕੀ ਹੁਣ ਠੀਕ ਹੈਗੀ? ਇਨਸ਼ਾਅੱਲਾ ਸੋਨੇ ਵਰਗੀ ਮੈਂ ਆਵੇਗੀ, ਸੋਨੇ ਵਰਗੀ। ਅੱਛਾ ਹੁਣ ਕੀ ਮੁਹੱਬਤ ਪਿਆਰ ਵਾਲਾ ਮੁੱਲ ਹੈ ਤੇ ਕੀ ਚਾਹਤ ਹੈ? ਮੁੱਲ ਤਾਂ ਯਾਰ ਅਗਲਾ ਹੀ ਹੈ, ਸਭਾ ਨਾ ਸਭਾ ਨਾ ਕੋ ਪਿਆਰ ਕਰ ਲੈ, ਮੈਂ ਚੋਖੀ ਚੰਗੀ ਨਹੀਂ ਜੀ, ਕੋ ਪਿਆਰ ਕਰ। ਚਲੋ ਕੋਈ 30 ਰਾਤ ਦੀ ਸਮ ਛੱਡ ਲੈ, ਕੋਈ ਤੇ ਸ਼ਫਕਤ ਕਰ, ਪੱਕੀਆਂ ਗੱਲਾਂ ਕਰ ਲਈ। 9 ਲੱਖ ਦੀ ਮੈਂ ਪੂਰੇ, ਮੈਂ ਨਾ 10,000 ਰੋਲ ਛੱਡ ਆਈ ਕਰ ਜਾ ਛੱਡ, 8,90,000 ਕਮੀ, ਕੋਈ ਮਾਈ ਦਾ ਲਾਲ ਕੋਈ ਰਾਂਝਾ, ਮੈਂ ਕਮੀ ਕੱਢ ਦੇਵੇ। ਅਸੀਂ ਬੈਠੇ ਹਾਂ, ਤਾਬੇਦਾਰੀ ਕਰਦੇ ਪਏ ਬਰਾਵਾਂ ਦੀ, ਔਰ ਇਨਸ਼ਾਲਾ ਇਹ ਬਰਾ ਵਹਿੰਦੇ ਪਏ ਨੇ ਅਲਹਮਦੁਲਿਲਾ, ਕਿਸੇ ਪਾਸੋਂ ਮੈਂ ਨਾ ਕੁੱਟੀ, ਕਿਸੇ ਪਾਸੋਂ ਮੈਂ ਦੀ ਜ਼ਾਤ ਨਾ ਕੁੱਟੀ, ਮੈਂ ਦਾ ਬੱਚਾ ਹੈ ਅੱਲਾ ਦੇ ਫਜ਼ਲ ਕਰਮ ਨਾਲ, ਲੈਣੇ ਦੇਣੇ ਮੁਕੱਦਰ, ਆਪਣਾ ਦੇਸ਼ ਪੰਜਾਬ ਟੀਵੀ ਦੁਨੀਆਂ ਦੇ ਖੂਬਸੂਰਤ ਔਰ ਬਿਹਤਰੀਨ ਨਾਯਾਬ ਹੀਰੇ ਵੀਰਾਂ ਵਾਸਤੇ ਕੱਢ ਕੱਢ ਲਿਆਉਂਦਾ। ਬਾਕੀ ਵੀਰਾਂ ਦੇ ਸਾਹਮਣੇ ਹਰ ਚੀਜ਼, ਇਨਸ਼ਾਲਾ ਕੋਸ਼ਿਸ਼ ਤੇ ਕਾਬਿਸ਼ ਹਮੇਸ਼ਾ ਨੀਲੀ ਦੀ, ਔਰ ਅੱਛੇ ਨੀਲੀ ਦੇ ਅੰਟੀਕ ਦਾਣੇ ਆਪਣਾ ਦੇਸ਼ ਪੰਜਾਬ ਟੀਵੀ ਵਿਖਾਉਂਦਾ, ਔਰ ਵੀਰਾਂ ਵਾਸਤੇ ਤੋਹਫੇ ਇਕੱਠੇ ਕਰ ਕਰਕੇ ਵੀਰਾਂ ਨੂੰ ਸ਼ੌਕ ਕਰਵਾਉਂਦਾ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਮਿਲਾਂਗੇ ਅੱਛੀ ਔਰ ਬਿਹਤਰੀਨ ਵੀਡੀਓ ਨਾਲ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ।